ਦੋਸਤੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਾਈਟ ਹਾਊਸ ਦੇ ਵਿੱਚ ਇੱਕ ਵਕੀਲ ਕੁੜੀ ਨੇ ਸਿੱਧੂ ਮੂਸੇਵਾਲੇ ਦੇ ਗੀਤ S Y L ਦਾ ਮੁੱਦਾ ਚੁੱਕਿਆ ਤੇ ਰਾਜ ਕਰੇਗਾ ਖਾਲਸਾ ਦਾ ਜੱਕਾ ਰਾਵੀ ਲਾਇਆ ਤੇ ਦਰਸਲ ਵਾਈਟ ਹਾਊਸ ਇੱਕ ਇਹੋ ਜੀ ਜਗ੍ਹਾ ਹੈ ਜਿੱਥੇ ਕੇਸ ਸਰਵ ਉੱਚ ਚੀਜ਼ ਮੰਨੀ ਜਾਂਦੀ ਹੈ ਅਮਰੀਕਾ ਦੀ ਤੇ ਉੱਥੇ ਖੜ ਕੇ ਖਾਲਸ ਰਾਜ ਕਰੇਗਾ ਖਾਲਸਾ ਜੱਕਾ ਰਾਵੀ ਲਾਦਣਾ ਬਹੁਤ ਵੱਡੀ ਗੱਲ ਮੰਨੀ ਜਾ ਰਹੀ ਹੈ ਦਰਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੇ ਕਿ ਅਦਾਕਾਰ ਦਰਸ਼ਨ ਔਲਖ ਦੇ ਵੱਲੋਂ ਉਹ ਵੀਡੀਓ ਜਿਹੜੀ ਹੈ ਅਜ਼ਾਰੀ ਕੀਤੀ ਗਈ ਹੈ ਭਾਵੇਂ ਦਰਸ਼ਨ ਔਲਖ ਹੋਰ ਵੀ ਕਈ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ ਪਰ ਇਸ ਨੂੰ ਖਾਸ ਤੌਰ ਤੇ ਸ਼ੇਅਰ ਕੀਤਾ ਗਿਆ ਤੇ ਲੋਕਾਂ ਦੇ ਤੱਕ ਪਹੁੰਚਾਇਆ ਗਿਆ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਬੈਨ ਗਾਣੇ ਨੂੰ ਲੈ ਕੇ ਵੀ ਵਿਚਾਰ ਚਰਚਾ ਚੜੀ ਹੋਈ ਹੈ ਦਰਸਲ ਇਹ ਜਿਹੜੀ ਲੜਕੀ ਹੈ ਇਹ ਪੰਜਾਬੀ ਮੁਟਿਆਰ ਪੇਸ਼ੇਵਰ ਜੋ ਵਕੀਲ ਹੈ ਅਮਰੀਕਾ ਦੇ ਵਿੱਚ ਤੇ ਵਾਈਟ ਹਾਊਸ ਦੇ ਸਾਹਮਣੇ ਐਨ ਮੀਟਿੰਗ ਚੱਲ ਰਹੀ ਸੀ ਜਿੱਥੇ ਇਨਵਾਇਟ ਕੀਤਾ ਹੋਇਆ ਸੀ ਭਰੇ ਹੋਏ ਪੰਡਾਲ ਦੇ ਵਿੱਚ ਚੱਲਦੇ ਫੰਕਸ਼ਨ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਐਸਵਾਈਐਲ ਗਾਣੇ ਦਾ ਮੁੱਦਾ ਵੀ ਚੁੱਕਿਆ ਤੇ ਵੱਧ ਤੋਂ ਵੱਧ ਚਲਾਉਣ ਦੀ ਅਪੀਲ ਵੀ ਕੀਤੀ ਤੇ ਰਾਜ ਕਰੇਗਾ ਖਾਲਸਾ ਦਾ ਜਕਾੜਾ ਵੀ ਲਾਇਆ ਜਿੱਥੇ ਕਿ ਸਾਰੇ ਇਸ ਕੁੜੀ ਨੂੰ ਵੇਖਦੇ ਰਹ ਗਏ ਤੇ ਇਸ ਵੀਡੀਓ ਦੇ ਸਾਂਝਾ ਹੋਣ ਤੋਂ ਬਾਅਦ ਸ਼ਾਬਾਸ਼ ਪੰਜਾਬ ਦੇ ਲੋਕ ਦੇ ਰਹੇ ਨੇ ਤੇ ਜੀ ਧੀਏ ਲੈ ਕੇ ਲੋਕ ਉਸੇ ਹਾਂ ਵੀ ਦੇ ਰਹੇ ਨੇ ਤੇ ਦਰਸਲ ਗੱਲ ਜਿਹੜੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਪਹਿਲਾ ਗਾਣਾ ਹੈ ਜਿਸ ਨੇ ਇੰਨੀ ਜ਼ਿਆਦਾ ਵੱਡੀ ਸਕਸੈਸ ਤਾਂ ਹਾਸਲ ਕੀਤੀ ਹੈ ਤੇ ਜਿੱਥੇ ਅਮਰੀਕਾ ਤੱਕ ਜੇ ਹੋਰ ਕੰਟਰੀਆਂ ਦੀ ਗੱਲ ਕਰੀਏ ਹਰ ਪਾਸੇ ਚਰਚਾ ਜਿਹੜੀ ਹੈ ਉਹ ਛੜੀ ਹੋਈ ਹੈ ਸਿੱਧੂ ਮੂਸੇਵਾਲੇ ਦਾ SYL ਗਾਣਾ ਭਾਵੇਂ ਬਿਲਬੋਰਡ ਦੇ ਵਿੱਚ 81ਵਾਂ ਸਥਾਨ ਪ੍ਰਾਪਤ ਕਰ ਚੁੱਕਿਆ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਗਾਣੇ ਨੂੰ ਬੈਨ ਕਰ ਦਿੱਤਾ ਗਿਆ YouTube ਤੋਂ ਉੱਥੇ ਹੀ ਉਸ ਲੜਕੀ ਨੇ ਇੱਕ ਗੱਲ ਜ਼ਰੂਰ ਆਖੀ ਹੈ ਕਿ SYL ਹੈਜ਼ ਹੈਜ਼ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਲਿਖੇ ਉਹਨੇ ਗੱਲ ਕਹੀ ਹੈ ਕਿ ਜਿਆਦਾ ਤੋਂ ਜਿਆਦਾ ਇਸ ਗਾਣੇ ਨੂੰ ਚਲਾਓ ਤੁੰਨ ਕੇ ਚਲਾਓ ਤਾਂ ਕਿ ਇਹ ਸਰਕਾਰ ਦੀਆਂ ਬੋਲੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਜ਼ਰੂਰ ਸੁਣ ਸਕੇ ਜਿਹੜੀ ਅੰਨੀ ਹੋਈ ਸਰਕਾਰ ਪਾਵਰ ਦੇ ਨਸ਼ੇ ਦੇ ਵਿੱਚ ਉਸ ਨੂੰ ਜ਼ਰੂਰ ਪਤਾ ਲੱਗ ਸਕੇ ਕਿ ਸਾਡੇ ਲੋਕ ਜਾਗਰੂਕ ਬੈਠੇ ਨੇ ਵੈਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਫੀ ਚਰਚਾ ਜਿਹੜੀ ਆ ਛਿੜ ਚੁੱਕੀ ਹੈ ਪੰਜਾਬ ਦੇ ਲੋਕ ਵਾਹ ਵਾਹ ਕਹਿ ਰਹੇ ਨੇ ਉੱਥੇ ਹੀ ਲੋਕਾਂ ਨੇ ਇਸ ਵੀਡੀਓ ਨੂੰ ਖੂਬ ਪਸੰਦ ਵੀ ਕੀਤਾ ਹੈ ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਦਰਸ਼ਨ ਔਲਖ ਨੂੰ ਵੀ ਕਾਫੀ ਲੋਕਾਂ ਨੇ ਸਰਾਹਿਆ ਹੈ ਤੇ ਉੱਥੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਲੋਕਾਂ ਨੇ ਵਾਹ ਵਾਹ ਦਿੱਤੀ ਹੈ ਤੇ ਜੇ ਗੱਲ ਕਰੀਏ ਵਾਈਟ ਹਾਊਸ ਦੇ ਸਾਹਮਣੇ ਜਕਾਰਾ ਲਾ ਦੇਣਾ ਬਹੁਤ ਵੱਡੀ ਗੱਲ ਮੰਨੀ ਜਾ ਰਹੀ ਹੈ ਤੇ ਉੱਥੇ ਐਸਵਾਈਐਲ ਮੁੱਦਾ ਚੁੱਕ ਕੇ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਹੈ ਸਭ ਤੋਂ ਵੱਡੀ ਝੰਡੀ ਗੱਡ ਮੁਕਾਬਲਾ ਇਹਨੂੰ ਕਿਹਾ ਜਾ ਰਿਹਾ ਏ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ ਇਸ ਮੁੱਟਿਆਰ ਦੇ ਉੱਪਰ ਫਖਰ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਸ਼ਾਵਾਸ਼ੇ ਵੀ ਦਿੰਦੇ ਪਏ ਨੇ ਕਿਉਂਕਿ ਇਹ ਜਿਹੜਾ ਮੁੱਦਾ ਚੁੱਕ ਕੇ ਉਸ ਨੇ ਪੂਰੀ ਪੰਜਾਬੀ ਕੌਮ ਦਾ ਪੰਜਾਬੀ ਇਤਿਹਾਕ ਕਦ ਉੱਚਾ ਕਰ ਦਿੱਤਾ ਏ ਉੱਥੇ ਹੀ ਹੁਣ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ ਜੁੱਤੇ ਕੇ ਨਾਲ ਦੀ ਨਾਲ ਇਹ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਦੇ ਵਿਰੋਧ ਦੇ ਵਿੱਚ ਵੀ ਆਪਣੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਪਰ ਫਿਲਹਾਲ ਉਹਨਾਂ ਲੋਕਾਂ ਨੂੰ ਜਵਾਬ ਪਹਿਲੋ ਹੀ ਦੇ ਦਿੱਤਾ ਗਿਆ ਹੈ ਲੋਕ ਸੋਸ਼ਲ ਮੀਡੀਆ ਤੇ ਦੱਸ ਰਹੇ ਨੇ ਕਿ ਇਸ ਗਾਣੇ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਅਜਿਹੇ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਪੱਖ ਨੂੰ ਪੂਰਦਿਆਂ ਹੋਇਆਂ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਛੋਲੇ ਪਾਉਣਾ ਕੀਤੇ ਨੇ ਚੰਗੀ ਤਰ੍ਹਾਂ ਚਾਹ ਨਾਲ ਪਕੌੜੀਆਂ ਸ਼ਿਕਾਈਆਂ ਨੇ ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਪੂਰੀ ਭਰਪੂਰ ਲੋਕਾਂ ਨੇ ਜਿਹੜੀ ਹੈ ਉਹਨਾਂ ਦੇ ਖਿਲਾਫ ਪੜਾਅਸ ਵੀ ਕੱਢੀ ਹੈ ਤੇ ਲੋਕਾਂ ਨੂੰ ਚੰਗੀ ਤਰ੍ਹਾਂ ਝਾੜ ਵੀ ਪਾਈ ਗਈ ਹੈ ਉਥੇ ਹੀ ਨਾਲ ਦੀ ਨਾਲ ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਤਲਾਂ ਨੂੰ ਪਕੜਨ ਦੇ ਲਈ ਪੰਜਾਬ ਪੁਲਿਸ ਆਪਣੇ ਵੱਲੋਂ ਜਿਹੜੀ ਹੈ ਭਰਪੂਰ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਨਾਕਾਮਯਾਬ ਹਾਸਲ ਹੋ ਰਹੀ ਹੈ ਐਸਵਾਈਐਲ ਗੀਤ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਹੈ ਸਰਕਾਰ ਵੀ ਹਿੱਲ ਚੁੱਕੀ ਹੈ ਕਿਉਂਕਿ ਗਾਣੇ ਦੇ ਵਿੱਚ ਸੁਸ਼ੀਲ ਗੁਪਤਾ ਦਾ ਬਿਆਨ ਜਿਹੜਾ ਐਡ ਕੀਤਾ ਗਿਆ ਹੈ ਸੁਸ਼ੀਲ ਗੁਪਤਾ ਆਮ ਆਦਮੀ ਪਾਰਟੀ ਦੇ ਪਰਿਵਾਰੀ ਨੇ ਹਰਿਆਣਾ ਦੇ ਜਿਹੜੇ ਭਾਸ਼ਣ ਦੇ ਦੌਰਾਨ ਕਹਿ ਰਹੇ ਨੇ ਕਿ ਹਰ ਇੱਕ ਵਾਟਰ ਹਰ ਇੱਕ ਡੀਲ ਦੇ ਵਿੱਚ 2025 ਦੇ ਵਿੱਚ ਐਸਵਾਈਐਲ ਨਹਿਰ ਦਾ ਪਾਣੀ ਅਸੀਂ ਲੈ ਕੇ ਆਵਾਂਗੇ ਤੇ ਇਸ ਗਾਣੇ ਦੀ ਸ਼ੁਰੂਆਤ ਜਿਹੜੀ ਹੈ ਸੁਸ਼ੀਲ ਗੁਪਤਾ ਦੇ ਬਿਆਨ ਤੋਂ ਹੁੰਦੀ ਹੈ ਉਸ ਤੋਂ ਬਾਅਦ ਗਾਣੇ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਕਹੀਆਂ ਗਈਆਂ ਨੇ ਜਿੱਤੇ ਕਿ ਸਾਨੂੰ ਸਾਡਾ ਲਾਣਾ ਦੇ ਦਿਓ ਸਾਡਾ ਪਸ਼ੋਕੜ ਪ੍ਰਾਣਾ ਦੇ ਦਿਓ ਤੇ ਪੰਜਾਬ ਨੂੰ ਹਿਮਾਚਲ ਤੇ ਹਰਿਆਣਾ ਦੇ ਦਿਓ ਦਰਸਲ ਇਹ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਪੰਜਾਬ ਦੇ ਸੀ ਜੋ ਪੰਜਾਬ ਤੋਂ ਵੱਖ ਕਰ ਦਿੱਤੇ ਗਏ ਫਿਲਹਾਲ ਸਿੱਧੂ ਨੇ ਆਪਣੇ ਗਾਣੇ ਵਿੱਚ ਇਹਨਾਂ ਦੀ ਮੰਗ ਕੀਤੀ ਹੈ ਤੇ ਉੱਥੇ ਸਰਕਾਰ ਨੂੰ ਬਹੁਤ ਵੱਡੇ ਸਵਾਲ ਵੀ ਕੀਤੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਨੇ ਵੀ ਇਨਵੋਲਵਮੈਂਟ ਕੀਤੀ ਹੈ ਤੇ ਗਾਣੇ ਨੂੰ ਬੈਨ ਕਰਵਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਸਰਕਾਰ ਦਾ ਹੱਥ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇਸ ਗਾਣੇ ਨੂੰ ਬੈਨ ਕਰਵਾਇਆ ਗਿਆ ਹੈ ਤੇ ਸਭ ਤੋਂ ਵੱਡੀ ਜਿਹੜੀ ਹੈ ਚਾਰਾ ਜੋਈ ਇੱਥੇ ਪੰਜਾਬ ਸਰਕਾਰ ਦੀ ਦੱਸੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਆਪਣੇ ਵੱਲੋਂ ਭਾਵੇਂ ਬਹੁਤ ਕੁਝ ਕਰ ਰਹੀ ਹੈ ਉੱਥੇ ਹੀ ਇਹ ਇੱਕ ਚੀਜ਼ ਜਿਹੜੀ ਹੈ ਵੇਖਣੀ ਹੋਵੇਗੀ ਕਿ ਕਿਸ ਤਰ੍ਹਾਂ ਲਗਾਤਾਰ ਇਹ ਚੀਜ਼ ਸਾਹਮਣੇ ਆ ਰਹੀ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਵਿਚਾਰ ਚਰਚਾਵਾ ਜਿਹੜੀਆਂ ਚੱਲ ਰਹੀਆਂ ਨੇ ਐਸਵਾਈਐਲ ਗਾਣੇ ਦਾ ਮੁੱਦਾ ਜਿਹੜਾ ਉਹ ਠੰਡਾ ਹੋਣ ਦਾ ਨਾਮ ਤੱਕ ਨਹੀਂ ਲੈ ਰਿਹਾ ਜਿਹੜਾ ਮਾਮਲਾ ਹੈ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਅੱਗੇ ਦੀ ਅੱਗੇ ਇਸ ਮਾਮਲੇ ਦੀ ਜਿਹੜੀ ਹੈ ਕਾਰਵਾਈ ਉਹ ਚੱਲ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਉੱਤੇ ਵਿਚਾਰ ਧਾਰਾ ਜਿਹੜੀ ਹੈ ਲਗਾਤਾਰ ਚਲਦੀ ਰਹੇਗੀ ਤੇ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਭਖਦਾ ਹੋਇਆ ਨਜ਼ਰ ਆ ਰਿਹਾ ਸਿੱਧੂ ਮੂਸੇਵਾਲੇ ਦਾ ਕਤਲ ਜੇ ਕੀਤਾ ਗਿਆ ਹੈ ਤਾਂ ਉਹਨਾਂ ਕਾਤਲਾਂ ਨੂੰ ਵੀ ਪਕੜਨ ਦੇ ਲਈ ਪੁਲਿਸ ਅਸਫਲ ਰਹੀ ਹੈ ਕਾਤਲਾਂ ਨੂੰ ਬਿਲਕੁਲ ਵੀ ਫੜਿਆ ਨਹੀਂ ਗਿਆ ਪੰਜਾਬ ਪੁਲਿਸ ਦੇ ਉੱਪਰ ਪੰਜਾਬ ਪ੍ਰਸ਼ਾਸਨ ਦੇ ਉੱਪਰ ਸਵਾਲ ਜਿਹੜੇ ਨੇ ਲਗਾਤਾਰ ਉੱਠ ਰਹੇ ਨੇ ਉੱਥੇ ਹੀ ਗੱਲ ਕਰੀਏ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਲੋਕ ਜ਼ਿਆਦਾ ਸਵਾਲ ਜਿਹੜੇ ਨੇ ਪੁੱਛ ਰਹੇ ਨੇ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਗੋਲੀ ਮਾਰਨ ਵਾਲੇ ਦੋ ਸ਼ੂਟਰ ਜਿਹੜੇ ਨੇ ਦਿੱਲੀ ਦੀ স্পੈਸ਼ਲ ਸੈੱਲ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਜੇ 6 ਸ਼ੂਟਰ ਸੀ ਜਿਨ੍ਹਾਂ ਦੇ ਵਿੱਚੋਂ ਪ੍ਰੀਅ ਵਰਤ ਫੌਜੀ ਤੇ ਕਸ਼ਸ਼ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਪਰ ਫਿਲਹਾਲ ਉਹਨਾਂ ਨੂੰ ਪ੍ਰੈਸ ਦੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ ਉਹਨਾਂ ਨੂੰ ਬਿਲਕੁਲ ਵੀ ਕੋਈ ਸਵਾਲ ਜਵਾਬ ਪ੍ਰੈਸ ਨੂੰ ਪੁੱਛਣ ਤੋਂ ਮਨਾ ਕਰ ਦਿੱਤਾ ਗਿਆ ਫਿਲਹਾਲ ਜੇ ਉਹਨਾਂ ਕੋਲ ਗੱਲ ਕਰੀਏ ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਕੋਲੇ ਹਥਿਆਰ ਜਿਹੜੇ ਨੇ ਭਾਰੀ ਮਾਤਰਾ ਦੇ ਵਿੱਚ ਪਾਏ ਗਏ ਨੇ ਵਿਸਫੋਟਕ ਵੀ ਬਰਾਮਦ ਕੀਤੇ ਗਏ ਨੇ ਉਥੇ ਹੀ ਮਨਪ੍ਰੀਤ ਮੰਨੂ ਨੇ AK47 ਦੇ ਵਿੱਚੋਂ ਗੋਲੀਆਂ ਚਲਾਈਆਂ ਸੀ ਬਲੈਰੋ ਗੱਡੀ ਦੇ ਵਿੱਚ ਬੈਠ ਕੇ ਪ੍ਰਿਆ ਵਰਤ ਫੌਜੀ ਜਿਹੜਾ ਸੀ ਲੀਡ ਕਰ ਰਿਹਾ ਸੀ ਚਾਰ ਸ਼ੂਟਰਾਂ ਨੂੰ ਸ਼ੂਟਰਾਂ ਨੇ ਹੈਂਡ ਗ੍ਰੇਨੇਡ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਤੇ ਇਹ ਉਹ ਸ਼ੂਟਰ ਨੇ ਜਿਨ੍ਹਾਂ ਨੇ ਮੂਸੇ ਵਾਲੇ ਨੂੰ ਮਾਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਫੋਨ ਤੇ ਪੂਰੀ ਡਿਟੇਲ ਦਿੱਤੀ ਸੀ ਤੇ ਆਖਿਆ ਸੀ ਕਿ ਕੰਮ ਹੋ ਚੁੱਕਿਆ ਹੈ ਕੰਮ ਉੰਡਾਨ ਹੈ ਤੇ ਇਸ ਤੋਂ ਬਾਅਦ ਇਹ ਜਿਹੜੇ ਸ਼ੂਟਰ ਸੀ ਫਰਾਰ ਹੋ ਚੁੱਕੇ ਨੇ ਪਰ ਫਿਲਹਾਲ ਇੱਥੇ ਮਾਮਲਾ ਜਿਹੜਾ ਹੋਰ ਵੀ ਸਾਹਮਣੇ ਆ ਗਿਆ ਹੈ ਤੇ ਗੱਲ ਜਿਹੜੀ ਹੈ ਪੱਖ ਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿ ਪ੍ਰਿਆ ਵਰਤ ਫੌਜੀ ਦਾ ਕਹਿਣਾ ਹੈ ਕਿ ਚਾਰ ਹਮਲਾਵਰ ਹਜੇ ਵੀ ਪੰਜਾਬ ਦੇ ਵਿੱਚ ਮੌਜੂਦ ਨੇ ਤੇ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਜੁੱਟ ਗਈ ਹੈ ਫਿਲਹਾਲ ਉਹਨਾਂ ਨੂੰ ਲੱਭਣ ਦੇ ਲਈ ਤਿਆਰੀਆਂ ਜੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੁਣ ਵੇਖਣਾ ਹੋਵੇਗਾ ਕਿ ਕਿੰਨੀ ਛੇਤੀ ਉਹਨਾਂ ਨੂੰ ਪੁਲਿਸ ਪਕੜ ਕੇ ਆਪਣੇ ਕਬਜ਼ੇ ਹੇਠ ਲੇ ਲੈਂਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ